26 जनवरी गणतंत्र दिवस मौके बरनाला विच सेहत मंत्री पंजाब बलवीर सिंह सिद्धू द्वारा राष्ट्रीय झंडा लहराया गया। इस दौरान अपनियां मंगां नूं लै के बेरोजगार अध्यापक अते वख-वख विभागां दे मुलाजम पहुंचे सन, जिन्हां द्वारा मंत्री नाल मीटिंग ना करवाई जाण दे रोस विच प्रदर्शन किया गया। इस मौके ते सेहत मंत्री नूं कालियां झंडियां दिखाईआं गईआं। पुलिस द्वारा इन्हां ते सख्ती वरती गई अते इन्हां ने डीसी कंपलैक्स बाहर सड़क ते जाम लगा दिता। ਕੋਲਾ ਜਾਂਗੋ ਸਭ ਤੋਂ ਧੱਕਾ ਮੁੱਕੀ ਵੱਧ ਕੀਤੀਆਂ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ, ਸਾਨੂੰ ਟਾਈਮ ਦਿੱਤਾ ਜੀ ਕੱਲ੍ਹ ਤੋਂ ਲੈ ਕੇ ਵੀ ਸਾਡੇ ਨਾਲ ਜਿਹੜੇ ਸ਼ਾਂਤਮਈ ਢੰਗ ਨਾਲ ਅਸੀਂ ਮੀਟਿੰਗ ਕਰਵਾਵਾਂਗੇ, ਪਰ ਅਸੀਂ ਪ੍ਰਸ਼ਾਸਨ ਦੇ ਸਹਿਮਤੀ ਨਾਲ ਇੱਥੇ ਰੁਕੇ ਹਾਂ। ਪਰ ਜਦੋਂ ਸਾਨੂੰ ਅੰਦਰੋਂ ਕਾਲ ਆਈ, ਸਾਡੇ ਜਿਹੜੇ ਬੰਦਰ ਸਰਕਲ ਪ੍ਰਧਾਨ ਚਮਕੌਰ ਸਿੰਘ ਗਏ ਸੀਗੇ, ਉਹ ਕਹਿੰਦੇ ਵੀ ਸਾਡੀ ਮੰਗ ਆ ਜਿਹੜੀ ਕੋਈ ਮੰਨ ਨਹੀਂ ਰਿਹਾ, ਟੇਬਲ ਟਾਕ 'ਤੇ ਸਾਨੂੰ ਬਾਹਰ ਬਿਠਾ ਦਿੱਤਾ। ਉਸ ਤੋਂ ਉਪਰੰਤ ਜਦੋਂ ਅਸੀਂ ਬਾਹਰ ਆ ਕੇ ਰੋਸ ਪ੍ਰਦਰਸ਼ਨ ਕਰਨਾ ਚਾਹਿਆ, ਇੱਥੋਂ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਆ, ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇੱਕ ਪਾਸੇ ਦਾ ਲੋਕਾਂ ਤੁਸੀਂ ਰੱਖਿਆ ਕਰਦੇ ਹੋ, ਇੱਕ ਪਾਸੇ ਜਿਹੜੇ ਸਾਡੇ ਨਾਲ ਪਰਿਵਾਰ ਆ, ਪਰਿਵਾਰਾਂ ਦੇ ਨਾਲ ਵੀ ਧੱਕੇ ਇਹਨਾਂ ਨੇ ਮਾਰੇ ਆ, ਪਰਿਵਾਰ ਨੂੰ ਧੱਕੇ ਮਾਰੇ ਆ, ਪਰੇ ਬਖੇੜਿਆ ਗਿਆ ਸਾਡੇ ਨਾਲ ਛੋਟੇ ਛੋਟੇ ਬੱਚੇ ਆ। ਅਤੇ ਅਸੀਂ ਪੁੱਛਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਨੂੰ, ਜੇ ਸਾਨੂੰ ਇੱਥੇ ਬਿਠਾ ਕੇ ਰੱਖਣਾ ਤਾਂ ਸਾਨੂੰ ਮੀਟਿੰਗ ਦਾ ਸਮਾਂ ਕਿਉਂ ਦਿੱਤਾ ਗਿਆ? ਜਿਹੜਾ ਰੋਡ ਆ ਅਸੀਂ ਉਹਨੂੰ ਤੱਕ ਜਾਮ ਕਰਕੇ ਰੱਖਾਂਗੇ ਜਿੰਨਾ ਚਿਰ ਸਾਨੂੰ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਕੋਈ ਸਹਿਮਤੀ ਜਾਂ ਲਿਖਤੀ ਰੂਪ ਦੇ ਵਿੱਚ ਦਿੰਦਾ ਨਹੀਂ, ਮੇਰੇ ਤੋਂ ਗਲਤੀ ਹੋ ਗਈ। ਸਾਡਾ 2 ਤਰੀਕ ਦਾ ਧਰਨਾ ਆ ਰਿਹਾ ਪਟਿਆਲੇ ਹੈੱਡ ਆਫਿਸ ਵਿੱਚ, ਅਸੀਂ ਉੱਥੇ ਪੁਲਿਸ ਪ੍ਰਸ਼ਾਸਨ ਦੀ ਜਿੰਨੀ ਵੀ ਸਾਡੇ ਹੋਈ ਆ ਵੱਧ ਤੋਂ ਵੱਧ ਨਿਖੇਧੀ ਕਰਾਂਗੇ ਜੀ। ਸਾਡੀਆਂ 3 ਹੀ ਮੰਗਾਂ ਨੇ, ਸਾਡੀਆਂ ਜਾਇਜ਼ ਮੰਗਾਂ ਨੇ, ਇਹਨਾਂ ਨੇ ਸਾਨੂੰ ਲਿਖ ਕੇ ਵੀ ਲੈਟਰ ਪੈਡ 'ਤੇ ਦੇ ਚੁੱਕੇ ਨੇ। ਹਾਂਜੀ, ਅਸੀਂ ਤਾਂ ਇਹੀ ਚਾਹੁੰਦੇ ਸੀਗੇ ਵੀ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹ ਵੀ ਵਿਸ਼ਵਾਸ ਦਿਵਾਇਆ ਸਵੇਰੇ ਕਿ ਅਸੀਂ ਤੁਹਾਡੀ ਮੀਟਿੰਗ ਕਰਵਾਵਾਂਗੇ, ਇਹਨਾਂ ਨੇ ਸਾਡੀ ਕੋਈ ਮੀਟਿੰਗ ਨਹੀਂ ਕਰਵਾਈ, ਕੋਈ ਸੁਣਵਾਈ ਨਹੀਂ ਕਰਵਾਈ, ਬਲਕਿ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਬੱਚਿਆਂ ਸਮੇਤ ਸਾਡੇ ਨਾਲ ਧੱਕਾ ਮੁੱਕੀ ਕੀਤੀ ਹੈ। ਇਹ ਕਿੱਥੋਂ ਦਾ ਕਾਨੂੰਨ ਆ? ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਕਿੱਥੋਂ ਦਾ ਕਾਨੂੰਨ ਆ ਕਿ ਸਾਨੂੰ ਬੱਚਿਆਂ ਸਮੇਤ ਸਾਡੇ ਨਾਲ ਧੱਕਾ ਮੁੱਕੀ ਕੀਤੀ ਗਈ ਆ? ਹਾਂਜੀ, ਅਸੀਂ ਤਾਂ ਇਹੀ ਕਹਿੰਦੇ ਵੀ ਸਾਡੇ ਨਾਲ ਬਹੁਤ ਧੱਕਾ ਮੁੱਕੀ ਹੋ ਰਿਹਾ। ਅਸੀਂ ਤਾਂ ਸਾਡੀਆਂ ਸਿਰਫ ਜਾਇਜ਼ ਮੰਗਾਂ ਨੇ, ਅਸੀਂ ਆਪਣੇ ਬੱਚਿਆਂ ਸਮੇਤ ਬੈਠੀਆਂ ਇੱਥੇ ਮੰਗਾਂ ਲੈ ਕੇ, ਅਸੀਂ ਕੋਈ ਗਲਤ ਪ੍ਰਸ਼ਾਸਨ ਕਰ ਰਹੇ ਸੀਗੇ, ਕੋਈ ਸਾਡਾ ਕੋਈ ਦਬਾਅ ਨਹੀਂ ਸੀਗਾ, ਅਸੀਂ ਤਾਂ ਚੁੱਪ ਚਾਪ ਸ਼ਾਂਤਮਈ ਢੰਗ ਨਾਲ ਬੈਠੇ ਸੀਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।